ਕਿਰਤੀ ਕਿਸਾਨ ਯੂਨੀਅਨ ਇਕਾਈ ਲੁਧਿਆਣਾ ਦੇ ਵੱਲੋਂ ਬੁੱਧਵਾਰ ਨੂੰ ਕੈਬਨਿਟ ਮੰਤਰੀ ਭਰਤ ਭੂਸ਼ਣ ਆਸ਼ੂ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ। ਜਗਰਾਓ ਤੋਂ ਕਰੀਬ 30 ਤੋਂ 40 ਕਿਸਾਨ ਅਲੱਗ ਅਲੱਗ ਵਾਹਨਾਂ 'ਚ ਆਸ਼ੂ ਦੇ ਘਰ ਦੇ ਬਾਹਰ ਪਹੁੰਚੇ। ਧਰਨੇ ਦੌਰਾਨ ਕਿਸਾਨਾਂ ਨੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਹਾਲਾਂਕਿ ਮੰਤਰੀ ਘਰ ਵਿੱਚ ਨਹੀਂ ਸਨ ਅਤੇ ਉਹਨਾਂ ਦੀ ਪਤਨੀ ਨੇ ਕਿਸਾਨਾਂ ਦਾ ਮੰਗ ਪੱਤਰ ਲਿਆ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਤ੍ਰਿਲੋਚਨ ਸਿੰਘ ਝਰੋੜਾ, ਮਹਾਂਸਚਿਵ ਸਾਧੂ ਸਿੰਘ ਅਚਵਾਲ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਦੇ ਸਮੇਂ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਕਰਨ ਨੂੰ ਆਖਿਆ ਸੀ, ਪਰ ਹੁਣ ਜਦ ਸਰਕਾਰ ਨੇ ਸੱਤਾ ਸੰਭਾਲੀ ਤਾਂ ਉਸ ਦੇ ਬਾਅਦ ਆਪਣੇ ਵਾਅਦੇ ਤੋਂ ਪਿੱਛੇ ਹਟ ਗਈ। ਹੁਣ ਸਰਕਾਰ 5 ਏਕੜ ਵਾਲੇ ਕਿਸਾਨਾਂ ਦੇ 2 ਲੱਖ ਰੁਪਏ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਆਖ ਰਹੀ ਹੈ, ਪਰ 5 ਏਕੜ ਵਾਲੇ ਕਿਸਾਨਾਂ ਦਾ ਵੀ 2 ਲੱਖ ਤੱਕ ਦਾ ਕਰਜ਼ਾ ਮਾਫ਼ ਨਹੀਂ ਹੋ ਰਿਹਾ। ਕਿਸੇ ਕਿਸਾਨ ਦਾ 20,000 ਰੁਪਏ ਦਾ ਕਰਜ਼ਾ ਮਾਫ਼ ਕੀਤਾ ਤਾਂ ਕਿਸੇ ਦਾ 50,000 ਰੁਪਏ ਦਾ ਕਰਜ਼ਾ ਮਾਫ਼ ਕੀਤਾ। ਉਹਨਾਂ ਕਿਹਾ ਕਿ ਕਰੀਬ 75% ਕਿਸਾਨਾਂ ਦਾ 1 ਰੁਪਏ ਦਾ ਕਰਜ਼ਾ ਵੀ ਮਾਫ਼ ਨਹੀਂ ਕੀਤਾ ਗਿਆ। ਕਿਸਾਨ ਕਰਜ਼ਾ ਮਾਫ਼ ਕਰਵਾਉਣ ਦੇ ਲਈ ਅਫਸਰਾਂ ਦੇ ਦਫ਼ਤਰਾਂ ਦੇ ਬਾਹਰ ਚੱਕਰ ਲਗਾ ਰਹੇ ਹਨ। ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਬੇਵਸ ਕਿਸਾਨ ਆਰਥਿਕ ਤੰਗੀ ਦੀ ਵਜ੍ਹਾ ਨਾਲ ਆਤਮ ਹੱਤਿਆ ਕਰਨ ਨੂੰ ਮਜਬੂਰ ਹੋ ਰਿਹਾ ਹੈ। ਅਗਲੀ ਮੀਟਿੰਗ ਸਾਡੀ ਹਰ ਮਹੀਨੇ ਹੁੰਦੀ ਹੈ 5 ਤਰੀਕ ਨੂੰ 5-7-5-8-10 ਦੇ ਵਿੱਚ। ਇਹ ਅਸੀਂ ਮੀਟਿੰਗ ਕਰਕੇ ਮੀਟਿੰਗ ਦੇ ਵਿੱਚ ਫੈਸਲਾ ਲਊ, ਸੂਬਾ ਕਮੇਟੀ ਜੋ ਫੈਸਲਾ ਕਰੂਗੀ ਉਹਨੂੰ ਅਸੀਂ ਲਾਗੂ ਕਰਾਂਗੇ ਸਾਰੇ ਪੰਜਾਬ ਦੇ ਵਿੱਚ। ਅਤੇ ਜਿੰਨਾ ਚਿਰ ਕੈਪਟਨ ਸਰਕਾਰ ਇਹ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਉਹਨਾਂ ਚਿਰ ਅਸੀਂ ਇਹਦਾ ਪਿੱਛਾ ਨਹੀਂ ਛੱਡਾਂਗੇ। ਅਸੀਂ ਪਿੰਡਾਂ ਦੇ ਵਿੱਚ ਕੱਲ੍ਹ ਤੋਂ ਮੀਟਿੰਗਾਂ ਕਰਕੇ ਰੈਲੀਆਂ ਕਰਕੇ ਇਹਦੇ ਲਈ ਕਿਸਾਨਾਂ ਨੂੰ ਲਾਮਬੰਦ ਕਰਾਂਗੇ ਅਤੇ ਜਿਹੜਾ ਅਗਲਾ ਪ੍ਰੋਗਰਾਮ ਆਊਗਾ ਇਹਨੂੰ ਅਸੀਂ ਪੂਰੀ ਆਪਦੀ ਸ਼ਕਤੀ ਦੇ ਨਾਲ ਲਾਗੂ ਕਰਾਂਗੇ। ਜਿਹੜੇ ਮੰਤਰੀ ਤੁਸੀਂ ਆਏ ਹੋਏ ਮੰਗ ਪੱਤਰ ਦੇਵਾਂਗੇ? ਅਸੀਂ ਜੀ ਭਾਰਤ ਭੂਸ਼ਣ ਅੰਸ਼ੂ ਆ ਜਿਹੜੇ ਕੈਬਨਿਟ ਮੰਤਰੀ ਉਹਨਾਂ ਨੂੰ ਇਹ ਮੰਗ ਪੱਤਰ ਸੌਂਪਣ ਵਾਸਤੇ ਆਏ ਹਾਂ, ਕਿਉਂਕਿ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਹੀ ਪੰਜਾਬ ਦੇ ਵਿੱਚ ਇਹ ਅੱਜ ਮੰਤਰੀਆਂ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਆ। ਅਤੇ ਆਪਣੇ ਲੁਧਿਆਣੇ ਜ਼ਿਲ੍ਹੇ ਵਾਲਾ ਜਿਹੜਾ ਕੈਬਨਿਟ ਮੰਤਰੀ ਆ ਭਾਸ਼ਣ ਭੂਸ਼ਣ ਅੰਸ਼ੂ ਜੀ ਇਹਨਾਂ ਨੂੰ ਅਸੀਂ ਮੰਗ ਪੱਤਰ ਦੇਣ ਵਾਸਤੇ ਆਏ ਹਾਂ। ਮੈਂ ਜ਼ਿਲ੍ਹਾ ਪ੍ਰਧਾਨ ਤ੍ਰਿਲੋਚਨ ਸਿੰਘ ਝੋਲਡਾ, ਕਿਰਤੀ ਕਿਸਾਨ ਯੂਨੀਅਨ। ਅੱਜ ਅਸੀਂ ਸਾਰੇ ਪੰਜਾਬ ਦੇ ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਪੱਧਰੀ ਸੱਦੇ ਦੇ ਤਹਿਤ ਇਹ ਪ੍ਰੋਗਰਾਮ ਦਿੱਤਾ ਸੀ ਕਿ ਜਿੱਥੇ ਜ਼ਿਲ੍ਹੇ ਦਾ ਮੰਤਰੀ ਆ ਉਹਨੂੰ ਵੱਡਾ ਕਿਸਾਨਾਂ ਦਾ ਇਕੱਠ ਕਰਕੇ ਮੰਗ ਪੱਤਰ ਸੌਂਪਣੇ ਆ ਕਿ ਕਿਸਾਨਾਂ ਦਾ ਜਿਹੜਾ 2 ਲੱਖ ਦਾ ਕਰਜ਼ਾ 5 ਏਕੜ ਤੱਕ ਉਹਨੂੰ ਤੁਰੰਤ ਖਤਮ ਕੀਤਾ ਜਾਵੇ, ਕਿਉਂਕਿ ਕੈਪਟਨ ਸਰਕਾਰ ਆ ਜਿਹੜੀ ਇਹਨੇ ਗੱਦੀ 'ਤੇ ਬੈਠਣ ਸਾਰ ਤੋਂ ਪਹਿਲਾਂ ਚੋਣ ਵਾਅਦੇ ਕੀਤੇ ਸੀ ਕਿਸਾਨਾਂ ਨਾਲ ਕਿ ਸਮੁੱਚਾ ਕਰਜ਼ਾ ਕਿਸਾਨਾਂ ਮਜ਼ਦੂਰਾਂ ਦਾ ਖਤਮ ਕਰਾਂਗੇ, ਪਰ ਅੱਜ ਕੀ ਹੋ ਰਿਹਾ ਇਹ 2 ਲੱਖ ਤਾਂ ਹੀ ਸਿਮਟ ਕੇ ਰਹਿ ਗਏ ਆ। ਉਹਦੇ 'ਚ ਵੀ ਹਲੇ 75% ਜਿਹੜੇ ਜੋ ਕਿਸਾਨ ਆ ਉਹ ਇਹ ਮਾਫ਼ੀ ਤੋਂ ਬਾਹਰ ਆ। ਅਸੀਂ ਬਹੁਤ ਗਿਰਾਂ ਫਾਰਮ ਭਰ ਕੇ ਦੇ ਚੁੱਕੇ ਹਾਂ, 3 ਦਿਨ ਦਾ ਧਰਨਾ DC ਦਫ਼ਤਰ ਲਾ ਚੁੱਕੇ ਹਾਂ, SDMਾਂ ਨੂੰ ਘੇਰ ਚੁੱਕੇ ਹਾਂ, ਪਰ ਜਿਹੜੇ ਕਾਗਜ਼ਾਂ ਫਾਰਮਾਂ ਰੱਦੀ ਦੀ ਟੋਕਰੀ ਛੱਡ ਦਿੰਦੇ ਆ ਵਾਰ ਵਾਰ। ਅਤੇ ਦੂਜੇ ਪਾਸੇ ਰੌਲਾ ਇਹ ਪਾਉਂਦੇ ਆ ਵੀ ਖਜ਼ਾਨਾ ਖਾਲੀ ਆ। ਅਸੀਂ ਮੰਗ ਕਰਦੇ ਹਾਂ 2 ਲੱਖ ਦਾ ਤੁਰੰਤ ਕਰਜ਼ਾ ਖਤਮ ਕਰਕੇ ਸਮੁੱਚਾ ਕਰਜ਼ਾ ਉਹਦੀ ਪੜਾਅਵਾਰ ਖਤਮ ਕਰਨ ਨੂੰ ਸ਼ੁਰੂ ਕੀਤੀ। ਇੱਦੋਂ ਅਗਲਾ ਅਸੀਂ ਅਗਲੀ ਮੀਟਿੰਗ ਜਿਹੜੀ ਸੂਬੇ ਕਮੇਟੀ ਦੀ ਹੋਊਗੀ ਉਦੋਂ ਬਾਅਦ ਅਗਲਾ ਪ੍ਰੋਗਰਾਮ ਦੇਵਾਂਗੇ। ਬਲਾ ਨਿਊਜ਼ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।